BSF ਅਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਵਿੱਚ ਅਜਨਾਲਾ ਦੇ ਸਰਹੱਦੀ ਇਲਾਕੇ ਤੋਂ ਵੱਡੀ ਤਾਦਾਦ ਦੇ ਵਿੱਚ ਹਥਿਆਰਾਂ ਦੇ ਨਾਲ ਗ੍ਰਿਫਤਾਰ ਦੋ ਦਹਿਸ਼ਤਗਰਦਾਂ ਨੂੰ ਹੁਣ 5 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਅਜਨਾਲਾ 'ਚ BSF ਅਤੇ ਅੰਮ੍ਰਿਤਸਰ ਪੁਲਿਸ ਦੇ ਜੁਆਇੰਟ ਆਪਰੇਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਦਹਿਸ਼ਤਗਰਦਾਂ ਨੂੰ ਸੋਮਵਾਰ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਦੋਹਾਂ ਦਹਿਸ਼ਤਗਰਦਾਂ ਨੂੰ 5 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਕੋਰਟ ਵਿੱਚ ਦੋਵੇਂ ਮੁਲਜ਼ਮਾਂ ਲਈ 10 ਦਿਨ ਦੀ ਰਿਮਾਂਡ ਮੰਗੀ ਸੀ, ਪਰ ਕੋਰਟ ਨੇ 5 ਦਿਨ ਦੀ ਹੀ ਰਿਮਾਂਡ ਦਿੱਤੀ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਦੋਵੇਂ ਦਹਿਸ਼ਤਗਰਦਾਂ ਤੋਂ ਕਈ ਹੋਰ ਖੁਲਾਸੇ ਹੋ ਸਕਦੇ ਨੇ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਵਾਸਤੇ, ਹੋਰ ਰਿਕਵਰੀ ਕਰਨ ਵਾਸਤੇ, ਹੋਰ ਇਹਦੀ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਕਰਨ ਵਾਸਤੇ 5 ਦਿਨ ਦਾ ਰਿਮਾਂਡ ਮਿਲਿਆ ਜੀ। ਕਿੰਨੇ ਦਿਨ ਦਾ ਮੰਗਿਆ? 5 ਦਿਨ ਦਾ ਮੰਗਿਆ, 10 ਦਿਨ ਦਾ ਮੰਗਿਆ ਸੀ, 5 ਦਿਨ ਦਾ ਮਿਲਿਆ ਜੀ। ਇਹ ਇਨਵੈਸਟੀਗੇਸ਼ਨ ਦਾ ਸਵਾਲ ਹੈ, ਜੋ ਇਨਵੈਸਟੀਗੇਸ਼ਨ ਚ ਆਏਗਾ ਉਹ ਅਸੀਂ ਕਰਾਂਗੇ ਜੀ। ਕਿਹੜੇ ਦਲ ਨਾਲ, ਤਰਨਾ ਦਲ ਨਾਲ ਸੰਬੰਧਿਤ? ਸਾਰਾ ਕੁਝ ਇਨਵੈਸਟੀਗੇਟ ਕਰ ਰਹੇ ਹਾਂ ਜੀ, ਜੋ ਵੀ ਹੋਏਗਾ ਤੁਹਾਨੂੰ ਦੱਸਦਾ ਜਾਊਗਾ। ਮੀਡੀਆ ਦੇ ਸਾਹਮਣੇ ਆਏ ਦੋਵੇਂ ਮੁਲਜ਼ਮਾਂ ਨੇ ਕੁਝ ਵੀ ਸਾਫ਼ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਸਾਡੀ ਬਹੁਤ ਬੇਅਦਬੀ ਹੋਈ, ਜਿਨ੍ਹਾਂ ਵਿੱਚ ਸਾਨੂੰ ਗੁੱਸਾ ਆਇਆ ਵੀ ਇਹ ਸਾਡੇ ਧਾਰਮਿਕ ਮਸਲਿਆਂ ਵਿੱਚ ਸਾਡੇ ਪਿਓ ਦੀ ਕੋਈ ਦਾੜੀ ਨੂੰ ਹੱਥ ਪਾਊਗਾ ਤੇ ਅਸੀਂ ਪਿਓ ਦੇ ਪੁੱਤ ਨਹੀਂ ਖਵਾਉਣ ਵਾਲੇ। ਸਾਡੇ ਮਨ ਚ ਰੋਹ ਆਇਆ ਵੀ ਅਸੀਂ ਕੋਈ ਨਾ ਕੋਈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਆ ਤੇ ਉਹਨਾਂ ਬਾਰੇ ਕੁਝ ਕਰੇ। ਜ਼ਿਕਰੇ ਖਾਸ ਹੈ ਕਿ 21 ਮਈ ਦੀ ਸ਼ਾਮ ਨੂੰ BSF ਨੂੰ ਕੁਝ ਸ਼ੱਕੀਆਂ ਦੀ ਗੱਡੀ ਚ ਘੁੰਮਣ ਦੀ ਜਾਣਕਾਰੀ ਮਿਲੀ ਸੀ। ਪੁਲਿਸ ਅਤੇ BSF ਦੀ ਜੁਆਇੰਟ ਟੀਮ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਭਾਰੀ ਮਾਤਰਾ ਚ ਦੋਵਾਂ ਤੋਂ ਹਥਿਆਰ ਬਰਾਮਦ ਹੋਏ। ਰਾਜ ਗੁਸਾਈ, ਜ਼ੀ ਮੀਡੀਆ, ਅਜਨਾਲਾ।